ਕੱਲ ਤਾਂ ਪਰਚਾ ਦੇ ਦੋ, ਸਾਡੇ ਐਮਐਲਏ ਦਾ ਫੋਨ ਆਇਆ ਹੋਵੇ ਤੇ ਉਹ ਤੋਂ ਪੁੱਛ ਸਾਡੇ ਗੱਲ ਪੈ ਜੇ। ਸੰਵਿਧਾਨ ਦੇ ਵਿੱਚ ਰਾਈਟ ਹੈਗਾ, ਜੇ ਹੱਕ ਨਾ ਮਿਲੇ ਨਾ, ਬਾਬਾ ਸਾਹਿਬ ਅੰਬੇਦਕਰ ਨੇ ਲਿਖਿਆ ਸਾਨੂੰ ਰਾਈਟ ਕਰ ਸਕਦੇ ਕਹਿਣ ਦਾ। ਇੱਕ ਡਿਪੂ ਹੋਲਡਰ ਦੇ ਉੱਤੇ ਅਚਾਨਕ ਹੀ 2 ਤੋਂ 3 ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਇਹ ਨੌਜਵਾਨ ਦੱਸੇ ਜਾ ਰਹੇ ਸੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਡਿਪੂ ਹੋਲਡਰ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸੜਕ ਦੇ ਵਿਚਕਾਰ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਤਾਂ ਦੱਸ ਦਈਏ ਕਿ ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚਦੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਇੱਕ ਡਿਪੂ ਹੋਲਡਰ ਜਦੋਂ ਕਣਕ ਵੰਡ ਰਿਹਾ ਸੀ ਤਾਂ ਅਚਾਨਕ ਹੀ ਉਸਦੇ ਉੱਤੇ 2 ਤੋਂ 3 ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ। ਪਹਿਲਾਂ ਤਾਂ ਉਸਦੇ ਨਾਲ ਆ ਕੇ ਬਹਿਸਬਾਜ਼ੀ ਕੀਤੀ ਜਾਂਦੀ, ਗਾਲੀ ਗਲੋਚ ਕੀਤਾ ਜਾਂਦਾ, ਪਰ ਜਿਵੇਂ ਹੀ ਉਹ ਇਸ ਗੱਲ ਦਾ ਵਿਰੋਧ ਕਰਦਾ ਤਾਂ ਉਹ ਨੌਜਵਾਨ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਹੁੰਦੇ ਨੇ ਅਤੇ ਆਉਂਦੇ ਸਾਰ ਹੀ ਗਾਲਾਂ ਕੱਢਣ ਲੱਗ ਜਾਂਦੇ ਨੇ। ਹਾਲਾਂਕਿ ਉੱਥੇ ਜਦੋਂ ਕਣਕ ਵੰਡ ਰਿਹਾ ਸੀ ਤਾਂ ਉਸ ਸਮੇਂ ਕੁਝ ਔਰਤਾਂ ਵੀ ਖੜੀਆਂ ਸੀ, ਜਿਸ ਨੂੰ ਦੇਖਦੇ ਹੋਏ ਜਦੋਂ ਡਿਪੂ ਹੋਲਡਰ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਉਸਦੇ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਇਸ ਡਿਪੂ ਹੋਲਡਰ ਦਾ ਕਹਿਣਾ ਕਿ ਉਸਦੇ ਉੱਤੇ ਨੌਜਵਾਨਾਂ ਦੇ ਵੱਲੋਂ ਹੀ ਹਮਲਾ ਕੀਤਾ ਗਿਆ ਸੀ। ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਹੁਣ ਦੂਸਰੀ ਵਾਰ ਉਸਦੇ ਉੱਤੇ ਇਹ ਹਮਲਾ ਹੋਇਆ ਅਤੇ ਗੁੱਸੇ ਦੇ ਵਿੱਚ ਆਏ ਡਿਪੂ ਵਾਲੇ ਦੇ ਵੱਲੋਂ ਹੁਣ ਧਰਨਾ ਪ੍ਰਦਰਸ਼ਨ ਸੜਕ ਦੇ ਉੱਤੇ ਲਗਾ ਦਿੱਤਾ ਗਿਆ ਅਤੇ ਪੁਲਿਸ ਮੌਕੇ 'ਤੇ ਪਹੁੰਚੀ ਹੈ। ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ, ਠੀਕ ਹੈ ਜੀ। ਅਸੀਂ ਇਹ ਡਿਪੂ ਵਾਲੇ ਨੇ ਜਿਹੜੀ ਕਿ ਸਾਰਿਆਂ ਨੂੰ ਪਤਾ ਹੈ ਚੋਣ ਜ਼ਾਬਤ ਲੱਗ ਚੁੱਕੀ ਹੈ, ਉਹਦੇ ਵਿੱਚ ਵੀ ਇਹ ਕਣਕ ਵੰਡਣ ਦੇ ਨੇ, ਠੀਕ ਹੈ। ਉਹਦੇ ਬਾਵਜੂਦ ਵੀ ਮੁਹੱਲੇ ਦੇ ਵਿੱਚ ਅੱਜ ਦੂਜੀ ਵਾਰੀ ਇਹਨਾਂ ਦਾ ਹਾਦਸਾ ਹੋ ਗਿਆ, ਇਹਨਾਂ ਦੇ ਹੱਥੀਂ ਪੈਣ ਆਏ ਨੇ। ਜਿਹੜੇ ਬੰਦੇ ਹੱਥੀਂ ਪੈਂਦੇ ਪਏ ਨੇ ਪੁਲਿਸ ਅੰਦਰ ਬਹਾ ਕੇ, ਜਿਹੜੇ ਬੰਦਿਆਂ ਦੇ ਹੱਥੀਂ ਪਏ ਉਹਨਾਂ ਨੂੰ ਸੋਟੀ ਚੁੱਕ ਕੇ ਅੱਗੇ ਪੁਲਿਸ ਪੈ ਗਈ, ਠੀਕ ਆ। ਜੱਗੀ ASI ਆ ਪੁਲਿਸ ਵਾਲਾ, ਠੀਕ ਆ। ਉਸ ਤੋਂ ਬਾਅਦ ਮੈਂ ਇਹਨਾਂ ਦੇ ਨਾਲ ਖਲੋਤਾ ਡਿਪੂ ਵਾਲਿਆਂ ਦੇ ਮੁਹੱਲੇ ਦੇ ਵਿੱਚ ਕਹਿ ਰਿਹਾ ਕਿਹੜੇ ਸ਼ਦਾਈ ਇਕੱਠੇ ਕਰ ਲਏ ਆ। ਜੇ ਡਿਪੂ ਹੋਲਡਰ ਵਾਲੇ ਸ਼ਦਾਈ ਹੈ ਤਾਂ ਫਿਰ ਸਰਕਾਰ ਨੇ ਕਿਉਂ ਇਹਨਾਂ ਨੂੰ ਡਿਪੂ ਦਿੱਤੇ? ਫਿਰ ਇੱਕ ਗਰੀਬ ਨੂੰ ਕਣਕ ਦਿੰਦੇ ਨੇ, ਸਭ ਕੁਝ ਕਰਦੇ ਨੇ, ਦੂਜਾ ਇਹਨਾਂ ਦੇ ਕੋਈ ਹੱਥੀਂ ਪੈ ਜੇ ਆ ਕੇ? ਪਰ ਗਲਤ ਹੈ, ਉਹ ਬਹੁਤ ਗਲਤ ਹੈ, ਇਹਨਾਂ ਦੇ ਕੋਈ ਹੱਥੀਂ ਪੈ ਜੇ ਆ ਕੇ। ਇਸ ਦੇ ਬਾਵਜੂਦ ਉਸ ਬੰਦੇ ਦੀ ਮੁਹੱਲੇ 'ਚ ਜਾ ਕੇ ਪੁੱਛਿਆ ਜਾਵੇ, ਮੋਹਨ ਸਵੀਟ ਵਾਲਾ ਉਹਦੇ ਕੋਲ ਇਹਨੇ ਘਿਓ ਲਿੱਤਾ ਸੀ, ਉਹਦੇ ਗੱਲ ਵੀ ਆ ਬੰਦਾ ਪੈ ਗਿਆ ਸੀ, ਬੰਦਾ ਪੁੱਛੇ ਨਸ਼ਾ ਕਰਕੇ ਚਰਸ ਵੇਚ ਕੇ ਸਭ ਕੁਝ ਕਰਕੇ ਕੀ ਗੱਲ ਡਿਪੂ ਵਾਲਿਆਂ ਦੀ ਆਪਾਂ ਗੱਲ ਪੈਣਾ ਵਾ? ਮਸ਼ੀਨ ਖੋਣ ਦੀ ਕੋਸ਼ਿਸ਼ ਕੀਤੀ, ਸਭ ਕੁਝ ਕੀਤਾ, ਪਰ ਗਲਤ ਹੈ। ਅੱਜ ਪੁਲਿਸ ਕੋਲ ਆਏ ਹਾਂ, ਪੁਲਿਸ ਕੋਈ ਸੁਣਵਾਈ ਨਹੀਂ ਕਰਦੀ, ਅਸੀਂ ਥਾਣੇ ਦੇ ਅੰਦਰ ਗਏ ਹਾਂ, ਉਲਟਾ ASI ਜੱਗੀ ਸੋਟੀ ਲੈ ਕੇ ਉਲਟਾ ਸਾਨੂੰ ਪਿਆ ਗਿਆ ਹੈ। ਪੁਲਿਸ ਕਹਿੰਦੀ ਅਸੀਂ ਤੁਹਾਡੀ ਗੱਲ ਸੁਣਦੇ ਹਾਂ, ਜਿੰਨੀ ਦੇਰ ਤੱਕ ਉਹ ਬੰਦਿਆਂ 'ਤੇ ਪਰਚਾ ਨਹੀਂ ਨਾ ਹੋਏਗਾ ਉਨੀ ਦੇਰ ਤੱਕ ਸੜਕ ਤੋਂ ਅਸੀਂ ਨਹੀਂ ਉੱਠਾਂਗੇ, ਚਾਹੇ ਸਾਡੇ 'ਤੇ ਪੁਲਿਸ ਅਰੈਸਟ ਪਾ ਦੇ, ਪਰਚੇ ਦੇ ਦੇ, ਅਸੀਂ ਇੱਥੋਂ ਨਹੀਂ ਉੱਠਾਂਗੇ, ਤੁਹਾਡੇ 'ਤੇ ਪਰਚਾ ਦੇ ਦੇ। ਨਾ ਜੀ, ਚੁੱਕ ਕੇ ਪੁਲਿਸ ਨੇ ਕੀ ਕੀਤਾ? ਪੁਲਿਸ ਉਹਦਾ ਮੈਡੀਕਲ ਕਰਾਵੇ, ਬੰਦੇ ਸਾਡੇ ਬੰਦੇ ਚੁੱਕ ਕੇ ਲਿਆਏ, ਇੱਥੇ ਬੈਠੇ ਮਨੀਸ਼ ਜੀ ਪਾਰਟੀ ਦੇ ਵਲੰਟੀਅਰ ਨੇ, ਉਹ ਬੰਦਾ ਲਿਆਏ ਚੁੱਕ ਕੇ। ਸਬ ਇੰਸਪੈਕਟਰ ਕਹਿ ਰਿਹਾ ਮੈਂ ਲਿਆਇਆ, ਨਹੀਂ, PCR ਵਾਲੇ ਆਪ ਹੀ ਕਿਨਾ ਮੋਟਰਸਾਈਕਲ 'ਤੇ ਬੈਠਾ ਇੱਕ ਪੈਦਲ, ਉਹਨੂੰ ਰੈਸਟ ਥੋੜ੍ਹਾ ਕਰਕੇ ਲਿਆਂਦਾ, ਉਹ ਤਾਂ ਪੈਦਲ ਚੁੱਟ ਕੇ ਥਾਣੇ 'ਚ ਆਇਆ। ਗੁੰਡਾਗਰਦੀ ਕੀਤੀ, ਕੀ ਕਾਰਨ ਹੈ ਕੋਈ? ਸਰ, ਗੁੰਡਾਗਰਦੀ ਦਾ ਕਾਰਨ ਹੀ ਨਾ ਸਰ, ਕੋਈ ਦੁਸ਼ਮਣੀ ਨਹੀਂ, ਇੱਕ ਰੰਦਸ ਚੱਲਦੀ ਹੈ, ਉਹ ਕਾਂਗਰਸ ਦਾ ਬੰਦਾ, ਠੀਕ ਹੈ। ਇਹ ਦੂਜਾ ਹਾਦਸਾ ਹੋ ਗਿਆ, ਪਹਿਲਾ ਹਾਦਸਾ ਕਾਲੇ ਡਿਪੂ ਵਾਲੇ 'ਤੇ ਹੋਇਆ ਸੀ, ਅੱਜ ਹਾਦਸਾ ਰਾਜੂ ਡਿਪੂ ਵਾਲੇ 'ਤੇ ਹੋ ਗਿਆ। ਆਉਂਦੇ ਆ ਕਾਂਗਰਸੀ ਗਾਲਾਂ ਕੱਢਦੇ, ਕੀ ਗੱਲ, ਇਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਿਹਾ?
ਇਹਨਾਂ ਕੋਲ ਇਹ ਨਹੀਂ ਬਰਦਾਸ਼ਤ ਹੋ ਗਿਆ ਕਿ ਕਣਕ ਪੂਰੀ ਵੰਡਦੇ ਨੇ, ਉਹਨਾਂ ਦੇ ਟਾਈਮ 'ਤੇ ਘਪਲੇ ਹੁੰਦੇ ਸੀ, ਪਰ ਹੁਣ ਮਾਹੌਲ ਬਦਲ ਚੁੱਕਾ, ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਨਾ ਇੱਥੇ ਗਲਤ ਕੰਮ ਹੋਏਗਾ ਅਤੇ ਨਾ ਕਰਨ ਦਿਆਂਗੇ ਚਾਹੇ ਕੋਈ ਵੀ ਹੋਵੇ। ਭਾਜੀ ਮੈਂ ਕਣਕ ਵੰਡਦਾ ਪਿਆ ਸੀ, ਕਣਕ ਵੰਡਦੇ ਵੰਡਦੇ ਦੋ ਬੰਦੇ ਮੈਨੂੰ ਆ ਗਏ, ਪੈਥੀ ਪੈ ਗਏ, ਲੇਡੀਜ਼ ਸਾੜੀ ਖਲੋਤੀ ਪਈ ਸੀ ਉੱਥੇ, ਲੇਡੀਜ਼ ਖਲੋਣ ਦੇ ਬਾਵਜੂਦ ਲੇਡੀਜ਼ ਨੇ ਬੜਾ ਰੋਕਿਆ ਉਹਨਾਂ ਨੂੰ, ਕੀਤੀ ਛਾਪਾ ਪੀਤੀਆਂ ਜਾਓ, ਪਰ ਸਾਰੇ ਵਿੱਚ ਗਾਲਾਂ ਕੱਢੀਆਂ, ਬਾਤਾਂ ਕਹਿੰਦੇ ਮੇਰੇ ਉੱਤੇ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ, ਮੈਂ ਪੜ੍ਹਿਆ ਦੂਜਾ ਮੁੰਡਾ ਮੇਰੇ ਨਾਲ ਕੰਮ ਕਰਦਾ ਮਸ਼ੀਨ ਚਲਾਉਣ ਡਿਆ ਸੀ, ਉਹ ਚਪੇੜ ਮਾਰਤੀ, ਚਪੇੜ ਮਾਰਨ ਤੋਂ ਬਾਅਦ ਕਹਿੰਦਾ ਮੈਂ ਵੇਖ ਲਾਂ ਜੋ ਹੋਗਾ ਵੇਖ ਲਾਂਗੇ। ਕਿਹੜੇ ਬੰਦੇ ਸੀ ਕੁਝ? ਇੱਕ ਦਾ ਨਾਂ ਹੈ ਬਾਦਸ਼ਾਹ, ਬਾਦਸ਼ਾਹ ਲੈ ਗਿਆ ਸੋਨੂੰ, ਸੋਨੂੰ ਸਮੈਕ ਵੇਚਦਾ ਔਰ ਆਪਣੇ ਮੁਹੱਲੇ ਵਿੱਚ ਛਾਪਾ ਬੁਲਾਉਂਦਾ, ਬਾਦਸ਼ਾਹ ਨੂੰ ਕੋਈ ਗੱਲ ਨਹੀਂ ਸੀਗੀ, ਬਾਦਸ਼ਾਹ ਨੂੰ ਲੈ ਕੇ ਆਇਆ ਚੇਚਾ ਉਹ। ਕਿੱਥੋਂ ਦੀ ਗੱਲ ਹੈ? ਇੱਕੂ ਸੁਨਿਆਰਿਆ ਚੌਂਕ ਦੀ ਜੀ, ਬਿਆਰ ਬਾਬਿਆਂ ਦਾ। ਕਿੰਨੇ ਵਜੇ ਦੀ ਗੱਲ? 5:30 ਤੋਂ ਲੈ ਕੇ 6 ਦੇ ਵਿੱਚ ਵਿੱਚ ਗੱਲ ਹੋਈ ਸੀ। ਮੰਗ ਇਹੀ ਕਰਨਾ ਮੈਨੂੰ ਇਨਸਾਫ ਹੀ ਦਿੱਤਾ ਜਾਵੇ, ਮੈਨੂੰ ਕਣਕ ਵੰਡਦੇ ਵੰਡਦੇ ਇਹਨਾਂ ਨੇ ਜੇ ਕੋਈ ਗੱਲ ਨੂੰ ਕੱਲ੍ਹ ਨੂੰ ਮੈਨੂੰ ਹੋ ਜਾਂਦੀ ਇਹਦਾ ਹਾਜ਼ਰਾ 'ਚ ਕੌਣ ਸੀ? ਅੱਛਾ ਪੁਲਿਸ ਨੂੰ ਤੁਸੀਂ ਮੌਕੇ, ਪੁਲਿਸ ਨੂੰ ਮੌਕੇ ਨੂੰ ਦਰਖਾਸਤ ਦਿੱਤੀ, ਪੁਲਿਸ ਦੇ ਬੰਦੇ ਇੱਥੇ ਨਾ ਬਣਾ ਕੇ ਕੀ ਨਾਲ ਉਹਦਾ ਇੰਸਪੈਕਟਰ ਅੰਦਰ ਬੈਠੇ ਸੀ, ਉਹ ਮੇਰੇ 'ਚ ਬੰਦੇ ਚਪੇੜ ਵੱਜੀ ਆ, ਉਹਨੂੰ ਸੋਟੀ ਲੈ ਕੇ ਪਿਆ ਗਏ ਆ ਥਾਣੇ ਅੰਦਰ, ਹਾਰ ਕੇ ਸਾਨੂੰ ਇੱਥੇ ਧਰਨਾ ਦੇਣਾ ਪਿਆ ਜੀ, ਸਾਡੇ ਇਨਸਾਫ ਨਹੀਂ ਹੋ ਰਿਹਾ। ਪੁਲਿਸ ਵੱਲੋਂ ਕੀ ਕਿਹਾ ਗਿਆ ਤੁਹਾਨੂੰ? ਪੁਲਿਸ ਵਾਲੇ ਇਹ ਵਿਸ਼ਵਾਸਨ ਦੇਣ ਡੇ ਜੀ, ਫੜਦੇ ਬੰਦਾ ਉਲਟ ਪੈਂਦੇ ਪਏ ਨੇ, ਉਹ ਬੰਦੇ ਨੂੰ ਪਏ ਆ ਪਹਿਲੇ ਜੀ। ਇਹਦੀ ਕਾਰਨ ਕੀ ਬਣਿਆ ਤੁਹਾਡੇ ਗੱਲ ਆ ਕੇ ਪਏ ਕਿਉਂ? ਕੋਈ ਵੀ ਨਹੀਂ ਗੱਲ ਤੋਂ ਜੀ, ਸ਼ਰਾਬ ਪੀਤੀ ਜੀ, ਸਮੈਕ ਵੇਚਦੇ ਇੱਥੇ, ਸਮੈਕ ਵੇਚੀ ਹੁੰਦੇ, ਉੱਥੋਂ ਸ਼ਰਾਬ ਪੀਂਦਾ ਪਿਆ ਸੀ, ਮੇਰੇ ਮੁਹੱਲੇ ਦੇ ਮੁੰਡੇ ਨੂੰ ਨਾਲ ਲੈ ਕੇ ਆਇਆ ਵਾ, ਮੇਰੇ ਮੁਹੱਲੇ ਮੁੰਡੇ ਨਾਲ ਲੈ ਕੇ ਮੈਨੂੰ ਪੈ ਗਏ ਉੱਥੇ ਆ ਕੇ, ਸਿਰ ਮੇਰੀ ਅੱਖ ਬਚ ਗਈ ਬਸ, ਇਹ ਗੱਲ ਜੀ ਅਸੀਂ।